ਅਸੀਂ ਭਾਜੀ ਨਰੋਈ ਆ ਹਾਂ ਬੰਦਾ ਸੋਹਰਿਆਂ ਵੱਲ ਗਿਆ ਹੋਵੇ ਹਾਂ ਹਾਂ ਤੁਹਾਡੇ ਲਈ ਜੀ ਆਲੂ ਮੇਥੀ ਦਾ ਸਰਦੀਆਂ 'ਚ ਮਜ਼ਾ ਆਉਂਦਾ ਨਾ ਹਾਂਜੀ ਭਾਜੀ ਉਹਨਾਂ ਤੈਨੂੰ ਚੰਡਾ ਮਾਰਨ ਦਾ ਨਹੀਂ ਆਉਂਦਾ ਭਾਈ ਤੇ ਮੂਲੀਆਂ ਨੇ ਇਹ ਵੇਖੋ ਜ਼ਰਾ ਕੈਸੀਆਂ ਨਰੋਈਆਂ ਮੂਲੀਆਂ ਨੇ ਭਾਜੀ ਇਹਨੂੰ ਕਾ ਮੂਲੀਆਂ ਲਿਆ ਤੇ ਉਹਨਾਂ ਦੇ ਬੱਚੇ ਫੜ ਲੈਣ ਵੱਡੀਆਂ ਫੜ ਉੱਧਰ ਭਾਜੀ ਵੱਡੀਆਂ ਮੈਨੂੰ ਮਾਰਦੀਆਂ ਨੇ देखने वालों सुनने वालों अस्सलाम वालेकुम नाजरीन तुसी वेख रहे हो सूबा टीवी ते मैं तुहाडा अपना नईम शौकी ताडे लई वधिया शो लैके हाजिर होया जिहदा नाम आ शुगल मेला आओ वेख रहे हां अज दा शुगल मेला एंड तक साडे नाल रहा करो हैलो भाजी सब्जी वाली दुकान तो गल कर रहे हो हाँ जी भाजी सब्जी वाली दुकान तो भाजी सब्जी कोई सानू ज्यादा चाहिए तुसी उत्थे ही हो हाँ जी भाजी उत्थे ही तुसी आ जाओ उत्थे ही रहो मैं हाजिर हो रहा आज भाजी तुसी आओ मेरे नाल अज ते वड्डा ही गाह आ रहा है अज मैं सारी सब्जी टाइम ना वेच के निकल जाऊंगा टाइम ना जाके अपने भाई ताडे नाल खलोवो नजर आओ दूरों खूबसूरत भाई तुसी समझे नहीं गल सवेरे मैं सरगी उठदा जे अच्छा उठ के जाके मंडियो आप फ्रेश लिया ट्रक तो लै रही होंदियां ने मंडी ते आप ही जाना पैना तुहानू कि तुसी आटो ते लाया कि आपे सब्जियां उड के आउणगियां उत्थों आपे जाना पैंदा किहो जी गल कर रहे तुसी यार ऐ तुहानू चाहिदा की है अड़ किवें लाए रे टींडे ए भाई टींडियां जे बेफिक्र ਕਰ ਕਿੰਨੀਆਂ ਹੁੰਦੀਆਂ ਨੇ ਯਾਰ ਭਾਜੀ ਤੁਸੀਂ ਦੱਸੋ ਤੁਹਾਨੂੰ ਕਿੰਨੀਆਂ ਚਾਹੀਦੀਆਂ ਇੰਡੀਆਂ ਯਾਰ ਮਿੱਠੀਆਂ ਹੁੰਦੀਆਂ ਰਹਿਣ ਦੇ ਹੋਰ ਕੋਈ ਸਬਜ਼ੀ ਕਰ ਭਾਜੀ ਤੁਸੀਂ ਹੋਰ ਕੋਈ ਕਰਾ ਲਓ ਦੱਸੋ ਤੁਸੀਂ ਤੁਹਾਨੂੰ ਚਾਹੀਦੀ ਹੈ ਕਿਹੜੀ ਹੈ ਤੁਸੀਂ ਆਰਡਰ ਲਾਉਣਾ ਆ ਵੇਖੋ ਨਾ ਤੁਸੀਂ ਆ ਪਾਲਕ ਲੈ ਲਓ ਐ ਬਤਾਉਂ ਅੱਛੇ ਨੇ ਹਾਂਜੀ ਭਾਜੀ ਐ ਉਹ ਬਤਾਉਂ ਅਗੇ ਨੇ ਕਿਸ ਕਿਸ ਕੋ ਬਤਾਉਂ ਇਹ ਕਿਹਦੇ ਲਾਏ ਭਾਜੀ ਉਹ ਭਾਜੀ ਐ ਪਕਾਉਣ ਵਾਲੇ ਬਤਾਉਂ ਆ ਭਾਜੀ ਇਹ ਭਾਜੀ 60 ਰੁਪਏ ਕਿਲੋ ਸਸਤੇ ਲਾਓ ਕੋਈ 60 ਰੁਪਏ ਦੇ ਪਿੱਛੇ ਹੀ ਵਿਕਣ ਦੇ ਤੁਹਾਡਾ ਡਿਫਰੈਂਸ ਕੀ ਹੈ ਭਾਜੀ ਅਸੀਂ ਸਭ ਤੋਂ ਸਸਤੀ ਸਬਜ਼ੀ ਵੇਚ ਰਹੇ ਆ ਅਸੀਂ ਤਵਾਰ ਬਾਜ਼ਾਰ ਵਾਲਾ ਹਿਸਾਬ ਨਹੀਂ ਸਾਡਾ ਤਵਾਰ ਬਾਜ਼ਾਰ ਤੋਂ ਧੋਤੀਆਂ ਵੇਚਣ ਨੇ ਸਬਜ਼ੀ ਹਰ ਜਗ੍ਹਾ ਇੱਕੋ ਫਿਕਸ ਹੁੰਦੀ ਭਾਈ ਉਹ ਭਾਜੀ ਕਹਿਣ ਦਾ ਮਤਲਬ ਆ ਕਿ ਅਸੀਂ ਐਡਾ ਰੇਟ ਨਹੀਂ ਲਾਉਂਦੇ ਤੁਸੀਂ ਕਿਲੋ ਕਰੀ ਯਾਰ ਹੁਕਮ ਕਰਨਾ ਤੁਸੀਂ ਵੇਖੋ ਕਿੰਨੇ ਫਰੈਸ਼ ਆ ਹਾਂ ਵਾਜੀ ਵਾ ਕੀ ਬਾਤ ਤਾਜ਼ੇ ਆ ਭਾਜੀ ਤਾਜ਼ੇ ਸਬਜ਼ੀਆਂ ਤੰਦਰੁਸਤੀ ਹੁੰਦੀ ਹਾਂਜੀ ਭਾਈ ਭਾਈ ਫਰੈਸ਼ ਸਬਜ਼ੀ ਖਾਣਾ ਵੀ ਨਸੀਬਾਂ ਦੀ ਗੱਲ ਆ ਸਹੀ ਗੱਲ ਹਾਂਜੀ ਇਹ ਕਰ ਲੈ ਕਿੰਨੇ ਭਾਜੀ ਕਰੋ ਕਿ ਕਿਲੋ किलो की दो किलो यार नहीं इतना ब्लड प्रेशर बड़ा हाई होना चेंज कर दे आ गरम हुंदी मारी गरम हुंदे थोड़े अच्छा चलो तुसी कुछ और करा देखो हां आ तुहाडे सामने भाई गोंगलू बड़े अच्छे हुंदे जे गोंगलू आ ले भाई भाई ये देखो शलजम है आ गोंगलू पालक किवें लाई हूं पालक भाई अपना तुहानू सस्ती दे देंगे हर चीज सस्ती जरूर कहना हुंदा तू अपने रेट ला छड़ पर कितना लाई तुसी वड्डे गाहक आए हो तो वड्डे गाहक की मैं ट्रांसफार्मर च बज रहे हां भाई साढ़े 5 फुट 6 फुट कद भाई कहना मतलब तुहानू ज्यादा सामान चाहिए ना आओ पालक किवें लाई वीरे पालक भाई तुहानू 60 रुपए किलो दे दांगे 60 रुपए किलो नहीं यार सस्ती ला कुछ भाई गाजर लाए तुसी पालक ते चक्करा पालक भाई तुसी चलो 50 ला लांगे तुहानू इस तो घट नहीं होना भाई तोलो किन्नी करनी भाई कर दियो 5-6 किलो किन्नी भाई 5-6 किलो 5-6 किलो भाई ताडी तबीयत खुश होएगी ऐसी ताजी पालक तुहानू लभणी नहीं ए वेखो जरा ए वेखो कैसी है ए ए हां ए वेखो यार कोई ना एक काम कर की भाई खाकी कलर दी पालक वहा किसी और डिजाइन च वहा कलर च ਭਾਜੀ ਤੁਸੀਂ ਝੱਗਾ ਲੈਣ ਆਏ ਵੀ ਹੋਰ ਡਿਜ਼ਾਈਨ ਚ ਵਾ ਦੇ ਯਾਰ ਚੱਲ ਤੂੰ ਕਿੰਨੇ ਕਰਨੇ ਕਿੰਨੇ ਤੁਸੀਂ ਦੱਸੋ ਮੈਨੂੰ ਆਰਡਰ ਲਾਓ ਤੁਸੀਂ ਭਾਜੀ ਹੋਰ ਪਾ ਭਾਜੀ ਹੋਰ ਕਿੰਨੀ ਯਾਰ ਤੇਰੇ ਕੋਲ ਚੌਰਸ ਪਾਲਕ ਹੈਗੀ ਉਹ ਭਾਜੀ ਪਾਲਕ ਇਸ ਤਰ੍ਹਾਂ ਦੀ ਹੁੰਦੀ ਭਾਜੀ ਉਹ ਡੱਬੀਆਂ ਵਾਲੀ ਪਾਲਕ ਹੋਵੇ ਤੇਰੇ ਕੋਲ ਭਾਜੀ ਪਾਲਕ ਐਂ ਦੀ ਹੁੰਦੀ ਧੋਤੀ ਹੁੰਦੀ ਡੱਬੀਆਂ ਵਾਲੀ ਅੱਛਾ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਕੀ ਹੈ ਪਾਲਕ ਕਿੰਨੀ ਕਰਨੀ ਹੈ ਹੋਰ ਕਰ ਲਓ ਦੱਸੋ ਕਿੰਨੀ ਕਰਨੀ ਹੈ ਹੋਰ ਤੋ ਲਓ ਭਾਜੀ ਤੁਸੀਂ ਦੱਸੋਗੇ ਫੇਰ ਹੀ ਨਾ ਮੈਂ ਸਮਾਨ ਸਾਰਾ ਲਾਉਣਾ ਹੁੰਦਾ ਉਤੋਂ ਲਾ ਲਓ ਏ ਆ ਵੇਖੋ ਭਾਈ ਕੈਸੀ ਫਰੈਸ਼ ਪਾਲ ਗਿਆ ਵੇਖੋ ਕੀ ਬਾਤ ਐ ਵੇਖੋ ਜ਼ਰਾ ਐ ਵੇਖੋ ਭਾਈ ਕਿੰਨੀ ਹੋਈ ਹੈ ਭਾਜੀ ਇਹ ਹੋਈ ਨਹੀਂ ਤੁਹਾਡੀ 2.5-3 ਕਿਲੋ ਹੋਈ ਨਹੀਂ ਇਹ ਰਹਿਣ ਦੇ ਯਾਰ ਭਲਾ ਕੀ ਹਰੀਆਂ ਸਬਜ਼ੀਆਂ ਮੈਨੂੰ ਡਾਕਟਰ ਨੇ ਮਨਾ ਕੀਤੀ ਆ ਮੇਦੇ ਜਿਗਰ ਨੂੰ ਬਹੁਤ ਪੈਂਦੀ ਆ ਹੋਰ ਕੋਈ ਕਰਨ ਲਾ ਲਾ ਭਾਜੀ ਤੁਸੀਂ ਹਰੀਆਂ ਸਬਜ਼ੀਆਂ ਹੀ ਖਾਣੀਆਂ ਤੇ ਹੋਰ ਤੁਸੀਂ ਖਾਣਾ ਕੀ ਆ ਇਹ ਹਰੀਆਂ ਹੀ ਸਬਜ਼ੀਆਂ ਹੁੰਦੀਆਂ ਭਾਜੀ
ਗੋਭੀ ਵੇਖੋ ਕੈਸੀ ਭਾਜੀ ਗੋਭੀ ਫਸਟ ਕਲਾਸ ਅਰੇ ਦਾ ਜੀ ਅਜੀ ਭਾਈ ਇਹ ਇਹ ਭਾਈ ਤੁਹਾਨੂੰ ਬੜੀ ਵਧੀਆ ਰਹਿਣੀ ਆ ਗੋਭੀ ਆ ਮੂੰਹ ਦੇ ਨਾਲ ਲਾ ਇੱਕ ਤਸਵੀਰ ਬਣਾ ਅੱਛਾ ਲੱਗ ਰਿਹਾ ਭਾਜੀ ਤੁਸੀਂ ਸੌਦਾ ਲੈਣਾ ਤੁਸੀਂ ਦੱਸੋ ਮੈਨੂੰ ਤੁਸੀਂ ਇਹ ਫੜ ਕਿੰਨੀ ਕਰਨੀ ਕਿੰਨੀ ਆ ਤੋਲ ਤੁਸੀਂ ਦੱਸੋ ਕਿੰਨੀ ਹੋਈ ਹੈ ਇਹ ਭਾਜੀ ਹੋ ਜਾਣੀ ਆ ਕੋਈ 2 ਕਿਲੋ ਹੋਈ ਨਹੀਂ ਭਾਜੀ ਵਧੀਆ ਹੋ ਗਿਆ ਫਸਟ ਕਲਾਸ ਉੱਥੇ ਰੱਖਦੇ ਬਾਦੀ ਹੁੰਦੀ ਹੈ ਆ ਗਿਆ ਵਿਕੋ ਭਾਵੇਂ ਨਾ ਹੋਸ਼ ਤੇ ਫੜੋ ਸਬਜ਼ੀਆਂ ਮਰ ਗਈਆਂ ਬਾਰ ਬਾਰ ਛੱਟੇ ਹੀ ਮਾਰੀ ਜਾਂਦਾ ਇਹ ਸਬਜ਼ੀਆਂ ਬੇਹੋਸ਼ ਨੇ ਤੇਰੀਆਂ ਇਹ ਸਬਜ਼ੀਆਂ ਨਾਲ ਕੋਈ ਵਾਕਿਆ ਹੋ ਗਿਆ ਬਾਰ ਬਾਰ ਪਾਣੀ ਲਾਈ ਜਣਾ ਤੇਰੇ ਵਰਗੇ ਬੰਦੇ ਸ਼ਾਮ ਨੂੰ ਨਾ ਪਾਣੀ ਲਾ ਲਾ ਸਬਜ਼ੀਆਂ ਡੀਡੀਆਂ ਕਰ ਲੈਂਦੇ ਨੇ ਇਹ ਜਦੋਂ ਜ਼ਮੀਨ 'ਚ ਬੀਜੀਆਂ ਆਉਂਦੇ ਇਹਨਾਂ ਨੂੰ ਪਾਣੀ ਨਹੀਂ ਲੱਗਾ ਭਾਜੀ ਇੰਨਾ ਪਾਣੀ ਲਾਈ ਜਾ ਰਿਹਾ 30 ਰੁਪਏ ਦੀ ਗੋਭੀ ਹੈ 180 ਰੁਪਏ ਦਾ ਪਾਣੀ ਲਾਤਾ ਤੂੰ ਭਾਜੀ ਤੁਸੀਂ ਸਾਡਾ ਬਿੱਲ ਤਾਰਨ ਆਏ ਕਿ ਸਬਜ਼ੀ ਲੈਣ ਆਏ ਹੋ ਛੱਡੋ ਤੁਸੀਂ ਇਸ ਗੱਲ ਨੂੰ ਯਾਰ ਕਰੇਲੇ ਬਹੁਤ ਵਧੀਆ ਹੁੰਦੇ ਕਰੇਲੇ ਭਾਜੀ ਇਹ ਹੈ ਥੋੜੇ ਰਹਿ ਗਏ ਵੇਖ ਕੇ ਭਾਜੀ ਸਵੇਰੇ ਕਰੇਲੇ ਕੱਟੇ ਹੋਣ ਵਿੱਚ ਛੋਟਾ ਛੋਟਾ ਕੀਮਾ ਪਾਇਆ ਹੋਵੇ ਕੀ ਬਾਤ ਹੈ ਭਾਜੀ ਨਾਲ ਕੀ ਓਲੀਆਂ ਰੋਟੀਆਂ ਹੋਣ ਵਾਹ ਭਾਜੀ ਮੈਂ ਸਬਜ਼ੀ ਨਹੀਂ ਲੈਣੀ ਤੈਨੂੰ ਇੰਜ ਹੀ ਮਾਰ ਦੇਣਾ ਕਰੇਲੇ ਅਗਰ ਭਰ ਕੇ ਪਕਾਏ ਹੁਣ ਚਨਿਆਂ ਦੀ ਦਾਲ ਪਾਈ ਹੋਵੇ ਆਏ ਹਾਏ ਹਾਏ ਤੂੰ ਇੰਜ ਕਰਕੇ ਧਾਗੇ ਨਾਲ ਬੰਨੇ ਹੋਣ ਆਏ ਹਾਏ ਹਾਏ ਕਰੇਲੇ ਰਹਿਣ ਦੇ ਮੈਨੂੰ ਧਾਗਾ ਦੇ ਦੇ ਜਿਹਦੇ ਨਾਲ ਬੰਨਣੇ ਭਾਜੀ ਤੁਸੀਂ ਲੈਣਾ ਕੀ ਆ ਤੁਸੀਂ ਕੀ ਆ ਕਿ ਰੁਬਾਲਿਆ ਹੋਵੇ ਭਾਈ ਕੀ ਬਾਤ ਵੇਖੋ ਨਰੋਇਆ ਕੀ ਆ ਜੀ ਭਾਈ ਉੱਤੇ ਕਾਲਾ ਲੂਣ ਪਾਇਆ ਹੋਵੇ ਆਏ ਹਾਏ ਹਾਏ ਹੈ ਨਾਲ ਦੇਸੀ ਘੋਲੀਆਂ ਰੋਟੀਆਂ ਹੋਣ ਭਾਈ ਨਾਲ ਦਹੀਂ ਦਾ ਛਟਾ ਹੋਵੇ ਥੋੜਾ ਨਾਲ ਫਿਰ ਇੱਕ ਬੰਦਾ ਵੀ ਹੋਵੇ ਜਿਹਨੇ ਬਾਅਦ ਚ ਪੈਸੇ ਦੇਣੇ ਨੇ ਉਹ ਭਾਈ ਤੁਸੀਂ ਕੀ ਕਰਾਂਦੇ ਤੁਸੀਂ ਕੁਝ ਲੈਣਾ ਵੀ ਹੈ ਮੈਂ ਸਬਜ਼ੀਆਂ ਮਜ਼ੇਦਾਰ ਹੁੰਦੀਆਂ ਨੇ ਭਾਜੀ ਤਾਂ ਫਲੀਆਂ ਨਹੀਂ ਇਧਰ ਕੋਲ ਨਹੀਂ ਭਾਈ ਫਲੀਆਂ ਹੈ ਸੀ ਭਾਜੀ ਅੱਛਾ ਉਹ ਜ਼ਿਆਦਾ ਫਲ ਗਈਆਂ ਸੀ ਉਹ ਮੈਂ ਸਵੇਰੇ ਸਵੇਰੇ ਵੇਚਦੀ ਹਾਂ ਅੱਛਾ ਅੱਛਾ ਤੈਨੂੰ ਕਿਸੇ ਦੀ ਦੁਆ ਹੈ ਫੂਤੋ ਫਲੋ ਭਾਈ ਤੂੰ ਵੀ ਗੱਲ ਕਰਦੇ ਤੁਸੀਂ ਗਾਜਰਾਂ ਕਰਾ ਲਓ ਮੇਥੀ ਤੇ ਲਿਆਓ ਦਾ ਮੇਥੀ ਭਾਜੀ ਬੜੀ ਆਲਾ ਜੇ ਆ ਵੇਖੋ ਤੁਸੀਂ ਮੈਂ ਕਹਿੰਦਾ ਇਹੋ ਜੀ ਮੇਥੀ ਤੁਹਾਨੂੰ ਲੱਭਣੀ ਨਹੀਂ ਭਾਜੀ ਕਿਤੋਂ ਐ ਵੇਖੋ ਲੱਭਣੀ ਕਿਉਂ ਨਹੀਂ ਚੋਰੀ ਲੈ ਆਇਆ ਦੱਕ ਵਿੱਚ ਕਿਹੋ ਜੀ ਗੱਲ ਕਰਦੇ ਤੁਸੀਂ ਇਹ ਦੇਖੋ ਕਰਨੀ ਬਣੀ ਹੋਵੇ ਹਲਕੇ ਲੂਣ ਮਿਰਚ ਭਾਜੀ ਕੀ ਬਾਤ ਹੈ ਭਾਜੀ ਫੁੱਲ ਠੰਡ ਹੋਵੇ ਓਹੋ ਹੋ ਹੋ ਰਜ਼ਾਈ 'ਚ ਬੰਦਾ ਬੈਠਾ ਹੋਵੇ ਸਹੀ ਗੱਲ ਹੈ ਹਲਕਾ ਜਿਹਾ ਪੱਗਾ ਵੀ ਲਾਇਆ ਹੋਵੇ ਭਾਜੀ ਮੈਂ ਕਹਿੰਦਾ ਕਿ ਕਮਾਲ ਹੋਈਏ ਤੇਜ਼ ਮਿਰਚਾਂ ਵਾਲੀ ਮੇਥੀ ਪਹਿਲੇ ਇਹਦਾ ਮਜ਼ਾ ਲੈ ਭਾਜੀ ਤੁਸੀਂ ਜੰਜ ਮਰਜ਼ੀ ਬਣਾ ਸਕਦੇ ਹੋ ਹੋਰ ਤੋਲ ਮੇਥੀ ਕਿੰਨੀ ਕਰਨੀ ਕਿੰਨੀ ਹੈ ਭਾਜੀ ਤੁਸੀਂ ਇਹ ਦੱਸੋ ਜਿੰਨੀ ਮਰਜ਼ੀ ਕਰਦੇ ਹੋ ਬਾਦੀ ਵਧੀਆ ਮਰਜ਼ੀ ਕੀ ਭਾਜੀ ਤੁਸੀਂ ਦੱਸਣਾ ਮੈਨੂੰ ਪੜੋ ਸੀ ਆਹੋ ਤੁਸੀਂ ਦੱਸੋਗੇ ਤੇ ਫੇਰ ਹੀ ਨਾ ਵੇਖੋ ਕੈਸੀ ਭਾਜੀ ਨਰੋਈ ਆ ਭਾਈ ਬੰਦਾ ਸੋਹਰਿਆਂ ਵੱਲ ਗਿਆ ਹੋਵੇ ਹਾਏ ਹਾਏ ਤੁਹਾਡੇ ਹੱਲੇ ਉਹ ਤੇ ਦੇਸੀ ਘਿਓ ਲਗਾ ਹੋਵੇ ਭਾਜੀ ਤੁਸੀਂ ਸਾਡੇ ਹੱਲ ਨਾ ਤੁਸੀਂ ਸਬਜ਼ੀ ਲੈ ਕੇ ਤੇ ਜਾਓ ਆਪਣੇ ਘਰ ਤੁਹਾਨੂੰ ਫਾਇਦੇ ਦੱਸ ਰਹੇ ਕਿ ਆ ਵੀ ਖਾਓ ਮਰੋ ਬੜੀ ਅੱਛੀ ਚੀਜ਼ ਹੁੰਦੀ ਜੇ ਅਤੇ ਅਸੀਂ ਖਾਂਦੇ ਆ ਭਾਜੀ ਕੈਸੀ ਆਲੂ ਮੇਥੀ ਦਾ ਸਰਦੀਆਂ 'ਚ ਮਜ਼ਾ ਆਉਂਦਾ ਨਾ ਹਾਂਜੀ ਭਾਜੀ ਉਹਨਾਂ ਤੈਨੂੰ ਚੰਡਾ ਮਾਰਨ ਦਾ ਨਹੀਂ ਆਉਂਦਾ ਭਾਈ ਕੀ ਕਰਦੇ ਪਏ ਤੁਸੀਂ ਕਿੰਨੀ ਹੋ ਗਈ ਆ ਵੇਖੋ ਭਾਜੀ ਇਹ ਹੋਈ ਨਹੀਂ ਕੋਈ 1.5 ਕਿਲੋ ਹੋਈ ਨਹੀਂ ਭਾਜੀ ਮੇਥੀ ਮੇਰੀ ਫੇਵਰਟ ਹੈ ਕਿਲੋ ਭਾਜੀ 1.25 ਕਿਲੋ ਹੋ ਗਈ ਜੀ ਕਿੰਨੇ ਦੀ ਬਣੀ ਇਹ ਭਾਜੀ ਬਣ ਗਈ ਤੁਹਾਡੀ ਭਾਜੀ 120 ਦੀ ਭਾਜੀ ਰੱਖ ਦੇ ਉੱਥੇ ਜ਼ਰਾ ਗਰਮ ਹੁੰਦੀ ਹੋਰ ਕੁਝ ਕਰ ਲੈਂਦੇ ਯਾਰ ਭਾਜੀ ਤੁਸੀਂ ਉੱਧਰ ਰੱਖ ਫੇਟਰ ਕੇ ਸੌਦਾ ਲਈਦਾ ਸੀ ਭਾਜੀ ਮੂਲੀਆਂ ਦੇ ਫੜ ਕੇ ਆ ਵਧੀਆ ਮੂਲੀਆਂ ਨੇ ਭਾਜੀ ਮੂਲੀ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਭਾਜੀ ਐਸੀਆਂ ਮੂਲੀਆਂ ਨੇ ਇਹ ਵੇਖੋ ਭਾਜੀ ਇਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੂਲੀਆਂ ਨੇ ਇਹ ਵੇਖੋ ਜ਼ਰਾ ਕੈਸੀਆਂ ਨਰੋਈਆਂ ਮੂਲੀਆਂ ਨੇ ਭਾਜੀ ਇਹਨੂੰ ਕਹ ਮੂਲੀਆਂ ਲਿਆ ਤੇ ਉਹਨਾਂ ਦੇ ਬੱਚੇ ਫੜ ਲੈਣ ਵੱਡੀਆਂ ਫੜ ਉੱਤੇ ਭਾਜੀ ਵੱਡੀਆਂ ਮੈਨੂੰ ਮਾਰਦੀਆਂ ਨੇ ਵੱਡੀਆਂ ਮੂਲੀਆਂ ਫੜ ਤਾਂ ਭਾਜੀ ਇਹ ਵੱਡੀਆਂ ਹੀ ਜੇ ਹਾਏ ਮੂਲੀਆਂ ਵਾਲੇ ਪਰੌਂਠੇ ਪਕਾਏ ਹੋਣ ਭਾਜੀ ਤੁਸੀਂ ਦੱਸੋ ਕਰਨੀਆਂ ਕਿ ਨਹੀਂ ਮੂਲੀਆਂ ਵਾਲੇ ਪਰੌਂਠੇ ਹਾਂਜੀ ਭਾਜੀ ਨਾਲ ਪੂਦਨੇ ਨਾਲ ਦਹੀਂ ਹੋਵੇ ਹਾਏ ਹਾਏ ਕਿ ਇਹਨੂੰ ਦੂਰ ਖਿਲਾਰ ਕੇ ਬੰਦਾ ਖਾਵੇ ਤੇਰਾ ਨਾ ਹੱਥ ਲਵਾਵੇ ਵਿੱਚ ਭਾਜੀ ਤੁਸੀਂ ਕਮਾਲ ਕਰ ਅਗਲੇ ਦਾ ਬੰਦੇ ਨੇ ਗਜਰੇਲਾ ਬਣਾਇਆ ਹੋਵੇ ਭਾਜੀ ਇਹਦਾ ਗਜਰੇਲਾ ਹੀ ਨਹੀਂ ਬਣਦਾ ਨਹੀਂ ਬਣ ਜਾਂਦਾ ਕਲਰ ਦੇ ਲਾਂਗੇ ਇਹਨੂੰ ਅੱਛਾ ਇਹਨੂੰ ਕਲਰ ਦੱਟਿਆਂ ਵਾਲੇ ਕੋ ਜਾਵਾਂਗੇ ਇਹਨੂੰ ਲਾਲ ਕਰਾਵਾਂਗੇ ਅਸੀਂ ਭਾਜੀ ਤੁਸੀਂ ਜੋ ਲੈਣਾ ਉਹ ਦੱਸੋ ਤੁਸੀਂ ਇਹਨਾਂ ਲਾਲ ਨਾ ਕਰਾਓ ਇਹ ਪਹਿਲੇ ਗੁੱਸੇ ਹੀ ਚਿੱਟੀਆਂ ਹੋਈਆਂ ਇਹ ਪੁਰਾਣੀਆਂ ਪੁਰਾਣੀਆਂ ਇੰਨੀਆਂ ਮੁਰਝਾਈਆਂ ਕਿਉਂ ਨੇ ਮੂਲੀਆਂ ਭਾਈ ਮੁਰਝਾਈਆਂ ਨਹੀਂ ਸਵੇਰ ਦੀਆਂ ਆਈਆਂ ਨੇ ਭੈਣਾ ਭਰਾਵਾਂ ਕੋ ਵਿਛੜੀਆਂ ਨੇ ਤਾਂ ਜੋ ਹੋਈਆਂ ਮੂਲੀਆਂ ਨੇ ਤੂੰ ਬੱਕਰੇ ਲਾਏ ਆ ਕਿ ਉਹਨਾਂ ਦੇ ਦਿਲ ਉਦਾਸ ਹੋ ਗਏ ਨੇ ਭਾਈ ਹਰ ਚੀਜ਼ 'ਚ ਜਾਨ ਹੁੰਦੀ ਆ ਆਇਆ ਤੇ ਤੇਰੀ ਗੱਲ ਸਹੀ ਹੈ ਤੁਸੀਂ ਐਵੇਂ ਗੱਲਾਂ ਮਾਰੀ ਜਾਂਦੇ ਹੋ ਤੁਸੀਂ ਦੱਸੋ ਤੁਸੀਂ ਖੀਰੇ ਵਾਹ ਰੇ ਵਾਹ ਹਾਂਜੀ ਭਾਈ ਖੀਰੇ ਕਿਵੇਂ ਲਾਏ ਹੋ ਖੀਰੇ ਭਾਈ ਆਪਣਾ ਤੁਹਾਨੂੰ ਮਿਲ ਜਾਣਗੇ ਭਾਈ ਕਰਦੇ ਕਿੰਨੇ ਭਾਈ ਵੇਖ ਭਾਈ ਤੁਸੀਂ ਮੈਨੂੰ ਦੱਸੋਗੇ ਤੇ ਫੇਰ ਹੀ ਜਣਾ ਇਹਦੀ ਸਲਾਦ ਬਣ ਜਾਂਦੀ ਭਾਈ ਭਾਈ ਹੋਰ ਇਹਦਾ ਬਾਲੂ ਬਣਦਾ ਸਲਾਦ ਹੀ ਬਣਦੀ ਹੈ ਕੀ ਹੋ ਗਿਆ ਤੁਹਾਨੂੰ ਤੁਸੀਂ ਦੱਸੋ ਕਰਨੇ ਕਿੰਨੇ ਆ ਮੰਗਲ ਮੰਗਲ ਨੂੰ ਵੇਲੇ ਹੋ ਹਾਂਜੀ ਭਾਈ ਬੁੱਧ ਨੂੰ ਵੇਲਾ ਭਾਈ ਤੇਰੇ ਬੱਚੇ ਰੋਟੀ ਕਿੱਥੋਂ ਖਾਂਦੇ ਤੂੰ ਇੰਨਾ ਵੇਲਾ ਫਿਰਨਾ ਕੰਮ ਕਰ ਕਰਿਆ ਅਗਰ ਹੋਰ ਸਮਾਨ ਲਿਆ ਖੀਰੇ ਕਿੰਨੇ ਹੋ ਗਏ ਭਾਈ ਵੈਸੇ ਤੁਸੀਂ ਗੁੱਸਾ ਨਾ ਕਰੋ ਇੱਕ ਗੱਲ ਕਰਾਂ ਤੁਹਾਨੂੰ ਕੀ ਜੀ ਤੁਹਾਡੀ ਬਲੇਟੇ ਕਲੰਡਰ ਵਰਗੀ ਮੂੰਹ ਆ ਤੇਰੇ ਮੂੰਹ ਕਲੰਡਰ ਨਹੀਂ ਜੂ ਨਿਕਲਦਾ ਤੂੰ ਹੋਰ ਕੁਝ ਕਰ ਲੈ ਤੇ ਤੁਸੀਂ ਭਾਈ ਇਹਨੂੰ ਹੀ ਬਰਦਾਸ਼ਤ ਕਰ ਲਓ ਤੁਸੀਂ ਬੈਕਰੀ ਤੇ ਜਾਈਏ ਨਾ ਤੁਹਾਡੀ ਭਲਾ ਕਹੀ ਤੁਸੀਂ ਅਗਲੇ ਬੰਦਾ ਕਹਿੰਦਾ ਨਹੀਂ ਸ਼ੂਗਰ ਫ੍ਰੀ ਕੇਕ ਰੱਸ ਦਿਓ ਉਂਝ ਦਾ ਮੂੰਹ ਹੈ ਤੁਹਾਡਾ ਦੋਨੋਂ ਇਹਨੂੰ ਪਾਈ ਦੋ ਤੁਸੀਂ ਦੱਸੋ ਕਰਨੇ ਕਿੰਨੇ ਆ ਕਰ ਦੱਸੋ ਅੱਧਾ ਕਿਲੋ ਹੋ ਗਏ ਭਾਈ ਕਿੰਨੇ ਅੱਧਾ ਕਿਲੋ ਤੋਂ ਵੀ ਥੋੜੇ ਜ਼ਿਆਦਾ ਹੀ ਆ ਬਸ
ਭਾਈ ਤੂੰ ਲੈਣਾ ਕੀ ਆ ਮੈਂ ਫੇਟ ਤੁਰ ਕੇ ਚੀਜ਼ਾਂ ਲੈਣੀਆਂ ਨੇ ਉਹ ਫੇਟ ਤੁਰ ਕੇ ਭਾਈ ਤੂੰ ਫਿਰ ਮੋਟਰਸਾਈਕਲ ਲੈ ਉੱਤੇ ਚੜਾ ਦੇ ਦੁਕਾਨ ਤੇ ਕਮਾਲ ਬੰਦਾ ਯਾਰ ਭਾਈ ਦੱਸੋ ਤੁਸੀਂ ਆ ਪਿਆਜ਼ ਕਿਵੇਂ ਲਾਇਆ ਜੀ ਪਿਆਜ਼ ਭਾਈ ਤੁਹਾਨੂੰ ਮਿਲ ਜਾਏਗਾ ਸਸਤਾ ਹੀ ਵਧੀਆ ਮੈਂ ਕਹਿੰਦਾ ਭਾਈ ਆ ਵੇਖੋ ਤੁਸੀਂ ਪਿਆਜ਼ ਕਿਹਸਾ ਭਾਈ करना कि ਭਾਈ ਤੋਂ ਵੇਖੋ ਗੱਲ ਭਰਾ ਕੀ ਆ ਹੁਣ ਹਾਲਾਤ ਨਹੀਂ ਹੋ ਰਹੇ ਭਾਈ ਪਹਿਲੇ ਹਾਲਾਤ ਪਹਿਲੇ ਚੀਜ਼ਾਂ ਸਸਤੀਆਂ ਸੀ ਹੁਣ ਵਕਤ ਛੱਡ ਦੇ ਸਬਜ਼ੀ ਸੁਬਜ਼ੀ ਦੇ ਉੱਤੇ ਪੀੜੀ ਡਾ ਕੇ ਲੋਕਾਂ ਨੂੰ ਵਾਕਿਆ ਸੁਣਾਇਆ ਕਰ ਉਹਨੀਆਂ ਗੱਲਾਂ ਨਹੀਂ ਕਰਦਾ ਜਿੰਨਾ ਤੂੰ ਸੌਦਾ ਨਹੀਂ ਦਿੰਦਾ ਜਿੰਨੀਆਂ ਤੂੰ ਗੱਲਾਂ ਸੁਣਾਉਂਦਾ ਭਾਈ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਹੋ ਤੋਲ ਤੁਸੀਂ ਦੱਸੋ ਭਾਈ ਕਰਨਾ ਕਿੰਨਾ ਆ ਇਹ ਦੱਸੋ 10 ਕਿਲੋ ਕਰਾ ਲਓ 10 ਕਿਲੋ ਕਰ ਦਿਓ ਆਹੋ ਭਾਈ ਇਹਦਾ ਤੁਹਾਨੂੰ ਬੜਾ ਫਾਇਦਾ ਹੋਣਾ ਉਹ ਯਾਰ ਰਹਿਣ ਦੇ ਉਹ ਘਰ ਖੀਰ ਪਕਾਉਣੀ ਅੱਜ ਤੇ ਪੈਣਾ ਹੀ ਨਹੀਂ कोई ऐसी गल नहीं मिल जुल के काम करना जिद इंजी तरक्की होंगी फट दो कैसा दूल्हे दे कुल्ले वर्गा मूंह तुहाडा भाई गुस्सा ना करना भरा तुसी करने किन्ने आ बेहतरीन पलिया पलाईया मिर्चा भाई वेखो भाई कि कर दिए 2 किलो कर दे भाई पा लो जिन्नी मर्जी कर लो भाई मैं घर थोड़ी खड़दी हां घर भी लै जाओ तुहाडी कड़ा बांह वड्डी ਬਹੁਤ ਭਾਜੀ ਤੁਸੀਂ ਕਿੰਨੀਆਂ ਕਰਾਣੀਆਂ ਇਹ ਦੱਸੋ ਬਹੁਤ ਸਹੀ ਉਹ ਭਾਜੀ ਤੁਸੀਂ ਦੱਸੋ ਕਰਨੀਆਂ ਕਿੰਨੀਆਂ ਭਾਜੀ ਨਾ ਲਓ ਭਾਜੀ ਕਿਲੋ ਕਿਲੋ ਹੋ ਜਾਣ ਭਾਜੀ ਇਹ ਵੱਡੇ ਗੋਸ ਪਾ ਕੇ ਪੱਕ ਜਾਂਦੀਆਂ ਭਾਜੀ ਉਹਨਾਂ ਨੇ ਕਿਹੜਾ ਗੁਰੋਲ ਲਾ ਪੈਣਾ ਤੁਸੀਂ ਭਾਂ ਛੋਟੇ ਜਿ ਪਾ ਲਓ ਤੁਸੀਂ ਮੁਰਗੇ ਜਿ ਪਾ ਲਓ ਉਹਨਾਂ ਨੇ ਕੀ ਕਹਿਣਾ ਤੁਹਾਨੂੰ ਨਹੀਂ ਯਾਰ ਰੱਖੋ ਤੇ ਕੁਝ ਹੋਰ ਲੈਣੇ ਅੱਛਾ ਭਾਈ ਇਹ ਨਹੀਂ ਤੁਹਾਨੂੰ ਪਸੰਦ ਲੱਗ ਰਿਹਾ ਭਾਜੀ ਤੁਸੀਂ ਕੋਈ ਵੱਡਾ ਹੀ ਸਮਾਨ ਖੜੋਗੇ ਹਾਂਜੀ 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 ਮੈਨੂੰ ਨਜ਼ਰ ਆ ਰਿਹਾ ਭਾਈ ਭਰਾ ਲੱਗਣਾ ਗੱਲ ਕਰਨ ਵਾਲੀ ਤੇ ਨਹੀਂ ਸਮਾਨ ਸਮੂਰ ਮੈਂ ਕੋਈ ਨਹੀਂ ਲੈਣਾ ਆ ਇੱਕ ਸ਼ਾਪਰ ਚਾਹੀਦਾ ਕੁਝ ਚੀਜ਼ਾਂ ਪਾਉਣੀਆਂ ਸਨ ਚਵਲੇ ਜਾਂਦੀਏ ਸੌਦਾ ਚਾਹੀਦੀ ਤਰਾਂ ਜੋ ਤੇਰੇ ਪਿਓ ਦੀ ਦੁਕਾਨ ਆ ਲੈਣਾ ਸ਼ਾਪਰ ਆ ਸ਼ਾਪਰ ਕਿਸੇ ਹੋਰ ਕੋਲ ਲੈ ਸ਼ਾਪਰ ਪੈਸੇ ਦਿੰਦੇ ਆ ਤੇਰੇ ਅੱਬੇ ਦੀ ਦੁਕਾਨ ਨਹੀਂ ਆ ਲੈਣਾ ਕੁਝ ਵੀ ਭਾਜੀ ਆ ਤੋਲ ਦੇ ਆ ਤੋਲ ਦੇ ਆ ਤੋਲ ਦੇ